रहीम अस्सलाम वालेकुम जी वीवर, कैसे हैं आप? उम्मीद करता हूँ खैरियत से होंगे, अलग फजल और करम के साथ। आज एक नई वीडियो शुरू करते हैं दोस्तों। आज हिनो 2008 मॉडल है, बहुत ही खूबसूरत गाड़ी है और इसका रिव्यू करते हैं। इस गाड़ी के जो मालिक हैं वो भी हमारे साथ मौजूद हैं, उनसे भी बातचीत करेंगे। इस गाड़ी का जो ख़र्चा है, इसकी जो माइलेज है, इसकी जो कीमत है, वो सब कुछ आज की इस वीडियो में हम आपसे शेयर करेंगे। तो चलते हैं जी गाड़ी के मालिक के साथ, उनसे बातचीत करते हैं और उस गाड़ी का जो केबन है अंदर से उसका रिव्यू करते हैं, वो दिखाते हैं। और बाहर से ये इसका बम्पर है दोस्तों, बहुत ही खूबसूरत गाड़ी है, बहुत ही प्यारी बनाई है। सर की हाल चाल ने? सब तू पहले तो अपना दोस्तों नाम दस है ना। मेरा नाम जी आसफ मोहम्मद यासर आसफ आर। अच्छा जी, इस गाड़ी के जो मालिक हैं दोस्तों वो हमारे साथ मौजूद हैं, उनसे बातचीत करते हैं। इस गाड़ी का जो मुकम्मल अखराजात है, इसकी जो माइलेज है, कीमत है और इसके जो खसूसियात हैं इस गाड़ी की, और इस गाड़ी का क्या नाम है, कौन सा मॉडल है, ये सब कुछ आज की इस वीडियो में जानते हैं इस गाड़ी के मालिक के साथ। अस्सलाम वालेकुम सर, क्या हाल है जी? सब तो पहले सर अपना नाम दसिया जी। आसफ जी मोहम्मद आसफ साहब, ये कड़ी गड्डी है, केड़ा मॉडल है, साढ़े नाजी में बड़ा ही दसे। 70 गड्डी है जी, कार्गो हिनो कार्गो 70 कार्गो गड्डी है जी। अच्छा, केड़ा मॉडल है सर? 2008 मॉडल है जी। 2008 मॉडल जी। ते इस कंडीशन दे विच 2008 मॉडल है, यानी गड्डी किन्ने दी आ जांदी है इस टाइम? ਇਹ ਗੱਡੀ ਇਹ ਬਾਡੀ ਛੋਟੀ ਹੈ ਜੀ, 16 ਫੁੱਟ ਦੀ ਬਾਡੀ ਹੈ, ਸੈਂਪਲ ਬਣਾਈ ਹੈ। ਅੱਛਾ, ਜਿਹੜੀ ਆਪਣੀ ਬਾਡੀ ਗੱਡੀ ਦੀ 16 ਫੁੱਟ ਹੈ? ਇਹ ਬਾਡੀ 16 ਫੁੱਟ ਦੀ ਸੈਂਪਲ ਬਣਾਈ ਹੈ ਜੀ। ਅੱਛਾ, ਇਹ ਕਿੰਨੀ ਤੋਂ ਕਿੰਨੀ ਬਾਡੀਆਂ ਦੀ ਹੋ ਸਕਦੀ ਹੈ ਜ਼ਿਆਦਾ ਲੰਬਾਈ? ਜੀ 10 ਵੀਲਰ ਵੀ ਨੇ ਜੀ, ਬਣੀਆਂ 22 ਫੁੱਟ ਹੈ। ਅੱਛਾ, 18 ਫੁੱਟ ਵੀ ਨੇ। ਠੀਕ ਹੈ, ਅਸੀਂ 16 ਫੁੱਟ ਦੀ। ਅਤੇ ਇਹ ਆਪਣੀ 16 ਫੁੱਟ ਹੀ ਹੈ ਜੀ? ਹਾਂ। ਅਤੇ ਕਿੰਨਾ ਵਜ਼ਨ ਤੁਸੀਂ ਇਹਦੇ 'ਤੇ ਪਾ ਲੈਂਦੇ ਹੋ? ਅਸੀਂ ਤਾਂ 12 ਟਨ। 12 ਟਨ ਪਾਉਂਦੇ, ਇਸ ਤੋਂ ਜ਼ਿਆਦਾ ਨਹੀਂ ਪਾਉਂਦੇ? ਨਹੀਂ। ਠੀਕ। ਤੇ ਇਹ ਗੱਡੀ ਦੀ ਕੀਮਤ ਜਿਹੜੀ ਆਂਦੀ 2008 ਮਾਡਲ, ਯਾਨੀ ਕਿ 9 ਮਾਡਲ 10 ਮਾਡਲ ਕਿੰਨੇ ਦੀ ਮਿਲ ਜਾਂਦੀ? 9 ਮਾਡਲ ਦੀ ਗੱਡੀ ਇਸਤੇਮਾਲ ਕੀਤੀ ਚੱਲੀ, ਪੈਸਿਆਂ ਦੀ ਜਿਹੜੀ ਹੈਗੀ ਜੀ 45 ਲੱਖ ਰੁਪਏ ਦੀ। 45 ਲੱਖ ਰੁਪਏ ਦੀ ਨਗਦ ਮਿਲੇਗੀ ਜੀ। ਜੇ ਅਗਰ ਕੋਈ ਨਵੀਂ ਲਵੇ, ਯਾਨੀ 2022 ਮਾਡਲ ਤਿਆਰ ਕਰਵਾਵੇ, ਤਾਂ ਫਿਰ ਇਹ ਰੀਕੰਡੀਸ਼ਨ ਗੱਡੀਆਂ ਆਉਂਦੀਆਂ ਨੇ ਜੀ ਬਾਹਰ ਦੀਆਂ, ਨਵੀਆਂ ਦੀ ਨਹੀਂ ਆਉਂਦੀਆਂ ਜੀ ਦੁਕਾਨੇ। ਅੱਛਾ, ਹੋਰ ਇਸ ਗੱਡੀ ਦੀ ਖਸੂਸੀਅਤ ਸਾਡੇ ਨਾਜ਼ਰੀਨ ਨੂੰ ਦੱਸੋ, ਇਹਦੇ ਕੀ ਕੀ ਖੂਬੀਆਂ ਨੇ? ਅੱਛੀ ਗੱਡੀ ਹੈ ਜੀ ਮਾਸ਼ਾਅੱਲਾ। ਅਸੀਂ ਇਹ ਕੇਬਨ ਦੇਖ ਰਹੇ ਹਾਂ, ਕੇਬਨ ਬਹੁਤ ਖੂਬਸੂਰਤ, ਬੜਾ ਡੈਕੋਰੇਸ਼ਨ ਤੁਸੀਂ ਕੀਤਾ ਹੈ, ਬੜਾ ਖੂਬਸੂਰਤ ਪੋਸ਼ੀਸ਼ਨ ਤੁਸੀਂ ਛਾਤਰ ਦੀ ਕੇਬਨ ਦੀ। ਇਹ ਕਿੱਥੋਂ ਤਿਆਰ ਕਰਵਾਈ ਸਰ? ਇਹ ਮੁਲਤਾਨੋਂ ਕਰਵਾਈ ਸੀ। ਮੁਲਤਾਨ 'ਚੋਂ ਤਿਆਰ ਕਰਵਾਈ? ਕਿੰਨਾ ਖਰਚਾ ਦਿੱਤੇ ਆ ਗਏ? ਇਹ ਵਿੱਚੋਂ ਦਾ ਕੰਮ ਕਰਾਇਆ ਸੀ 41,000 ਰੁਪਏ ਦਾ। 41,000 ਰੁਪਏ ਦਾ ਟੋਟਲ ਅੰਦਰ ਕੇਬਨ ਦੀ ਪੋਸ਼ੀਸ਼ ਵਗੈਰਾ ਸਾਰਾ ਖਰਚਾ ਹੈ। ਅੱਛਾ, ਅਗਰ ਕੋਈ ਦੋਸਤ ਕਰਵਾਉਣਾ ਚਾਹੇ ਤਾਂ ਤੁਸੀਂ ਉਹਨਾਂ ਦੀ ਰਹਿਨਮਾਈ ਕਰ ਸਕਦੇ ਹੋ, ਐਡਰੈਸ ਵਗੈਰਾ ਉਹਨੂੰ ਦੱਸ ਸਕਦੇ ਹੋ? ਸਾਰਾ ਕੁਝ ਦੇ ਦਿਆਂਗੇ। ਆਪਣਾ ਫੋਨ ਨੰਬਰ ਦੱਸਿਆ ਜੀ ਸਰ। 0300 0300 ਪੂਰਾ ਜੀ? ਹਾਂ। ਅੱਗੇ 10-11 10-11 142 142 ਜੀ। ਅੱਛਾ, ਨਸੀਬਾਂ 'ਚ ਕਰੇ ਜੀ। ਇਹ ਦੋਸਤੋ ਇਸਕਾ ਡੈਸ਼ਬੋਰਡ ਹੈ ਜੀ, ਫਰੰਟ ਕਾ ਵਿਊ ਹੈ, ਔਰ ਇਹ ਸਟੇਅਰਿੰਗ ਹੈ ਜੀ ਇਸਕਾ। ਅੱਛਾ, ਏਸੀ ਵਗੈਰਾ ਇਹਦੇ 'ਚ ਚਾਲੂ? ਏਸੀ ਚਾਲੂ ਹੈ ਜੀ। ਐਂ ਦਾ ਮੀਟਰ ਹੈ? ਡਿਜੀਟਲ ਮੀਟਰ ਹੈ ਦੋਸਤੋ, ਲਾਈਟਾਂ ਚੱਲ ਰਹੀਆਂ ਨੇ। ਬਹੁਤ ਹੀ ਖੂਬਸੂਰਤ ਗੱਡੀ ਤਿਆਰ ਕੀਤੀ। ਛਾਦਰ ਤੁਸੀਂ ਡਿਜ਼ਾਇਨ ਦੇਖੋ ਜੀ, ਮਾਸ਼ਾਅੱਲਾ ਕਿੰਨਾ ਖੂਬਸੂਰਤ ਅੰਦਰ ਦੇ। ਕਿੰਨਾ ਖਰਚਾ ਦੱਸਿਆ ਸੀ? 45 ਜੀ। 45,000 ਰੁਪਏ ਦੋਸਤੋ ਅੰਦਰ ਖਰਚਾ ਆਇਆ ਛੱਤ 'ਤੇ। ਅੱਛਾ, ਪਿੱਛੇ ਡਰਾਈਵਰ ਦੇ ਸੌਣ ਵਾਸਤੇ ਇੱਕ ਜਗ੍ਹਾ ਵੀ ਹੈ। ਇਹ ਦੋਸਤੋ ਇਸਕਾ ਕੇਬਨ ਥਾ, ਥੋੜ੍ਹਾ ਸਾ ਪਿੱਛੇ ਸੇ ਆਪਕੋ ਰਿਵਿਊ ਕਰਵਾ ਦੇਤਾ ਹੂੰ। ਇਸ ਗਾੜੀ ਕਾ 16 ਫੁੱਟ ਇਸਕੀ ਲੰਬਾਈ ਹੈ, 6 ਟਾਇਰ ਹੈ ਦੋਸਤੋ ਇਸਕੇ, ਔਰ ਇਹ ਪਿੱਛੇ ਸੇ ਇਸਕਾ ਡਿਜ਼ਾਇਨ ਹੈ। ਇਹ 2008 ਮਾਡਲ ਹੈ ਦੋਸਤੋ, ਕੀਮਤ ਆਪਕੋ ਇਸਕੀ ਪਤਾ ਚੱਲ ਗਈ ਹੈ ਦੋਸਤੋ ਕਿਤਨੀ ਹੈ। ਔਰ ਪਿੱਛੇ ਸੇ ਦੇਖੇ ਇਸਕੀ ਲੁੱਕ, ਬਹੁਤ ਹੀ ਖੂਬਸੂਰਤ ਲੁੱਕ ਹੈ। ਗਾੜੀ ਸਟਾਰਟ ਹੈ ਅਭੀ ਇਸ ਵਕਤ, ਇਸਕਾ ਡਿਜ਼ਾਇਨ ਦੇਖੇ ਆਪ ਮਾਸ਼ਾਅੱਲਾ, ਜਿਤਨੇ ਮੈਨੇ ਰਿਵਿਊ ਕੀਏ ਮੈਂ ਸਭਸੇ ਬਿਹਤਰ ਔਰ ਖੂਬਸੂਰਤ ਜੋ ਗਾੜੀ ਹੈ ਮੁਝੇ ਇਹ ਲੱਗੀ ਹੈ ਜੀ। ਔਰ ਇਸਕੀ ਪਾਏਦਾਰੀ ਔਰ ਇਸਕੀ ਮਜ਼ਬੂਤੀ ਬਹੁਤ ਖੂਬਸੂਰਤ ਹੈ। ਔਰ ਇਹ ਇਸਕਾ ਬੰਪਰ ਦੇਖੇ ਆਪ, ਕਿਤਨਾ ਬੜਾ ਬੰਪਰ ਲਗਾਇਆ ਇਹਨਾਂ ਨੇ। ਹੀਨੋ ਗਾੜੀ ਦੋਸਤੋ 2008 ਮਾਡਲ, ਤੋ ਇਹ ਇਸਕਾ ਫਰੰਟ ਕਾ ਡਿਜ਼ਾਇਨ ਛੱਤ ਕਾ ਜੀ, ਬਹੁਤ ਹੀ ਖੂਬਸੂਰਤ ਦੋਸਤੋ। ਵੀਡੀਓ ਅੱਛੀ ਲੱਗੇ ਦੋਸਤੋ, ਇਸੇ ਲਾਈਕ ਕਰ ਦੇ, ਸ਼ੇਅਰ ਕਰ ਦੇ, ਚੈਨਲ ਕੋ ਸਬਸਕ੍ਰਾਈਬ ਕਰ ਦੇ, ਤਾਂ ਕਿ ਇਸ ਤਰ੍ਹਾਂ ਕੀ ਮਜ਼ੀਦ ਅੱਛੀ ਸੇ ਅੱਛੀ ਵੀਡੀਓ ਜੋ ਹੈ ਵੋ ਆਪ ਲੋਗੋਂ ਕੇ ਲਈ ਲੇਕਰ ਆਤੇ ਰਹੇਗੇ ਇਸ ਤਰ੍ਹਾਂ ਸੇ। ਤੋ ਇਸਕੇ ਸਾਥ ਹੀ ਮੈਂ ਆਪਸੇ ਇਜਾਜ਼ਤ ਚਾਹਤਾ ਹੂੰ ਜੀ। ਥੈਂਕਸ, ਅੱਲਾ ਹਾਫਿਜ਼।